ਅੱਲੈਕੁਮ ਅਰਹਮਤੁੱਲਾਹ ਯਾਰ ਮੈਂ ਜਦੋਂ ਦਾ ਵੱਡਾ ਹੋਇਆ ਇਹੀ ਗੱਲਾਂ ਸੁੰਦਾ ਆਇਆ ਸਹੀ 24 ਥੋੜਾ ਜਿਹਾ ਸ਼ਾਹੂਰ ਆਇਆ ਜਾਂ ਸਮਝ ਆਈ ਹੈ ਸਮਝ ਤਾਂ ਮੈਨੂੰ ਜਿੰਨੀ ਕਹੀ ਹੈ ਉਹ ਤੁਹਾਨੂੰ ਪਤਾ ਵੀ ਹੈ ਠੀਕ ਹੈ ਲੇਕਿਨ ਫਿਰ ਵੀ ਤੇ ਵੀਡੀਓ ਵੇਖ ਲੋ ਅੱਗਾ ਦੀ ਲੱਗੀ ਹੈ ਭੱਜੇਗਾ ਤੇ ਯਾਰ ਇੱਕ ਸੁਣੋ ਤਾਂ ਸਹੀ ਗੱਲ ਕਹਿੰਦਾ ਮਤਲਬ ਇਹ ਹੈ ਇੱਕ ਇੱਕੋ ਹੀ ਗੱਲ ਸੌਂਦੇ ਆ ਰਹੇ ਆ ਕਿ ਸਾਡਾ ਮੁਲਕ ਤਾਂ ਨਹੀਂ ਤਰੱਕੀ ਕਰਦਾ ਦੂਸਰੇ ਮੁਲਕਾਂ ਵਰਗੀਆਂ ਸਾਧਿਸ਼ਾਂ ਠੀਕ ਹੈ ਕਦੇ ਸਾਨੂੰ ਅਮਰੀਕਾ ਨਹੀਂ ਉਠਣ ਦਿੰਦਾ ਜੀ ਕਦੇ ਸਾਨੂੰ ਇਜ਼ਰਾਇਲ ਨਹੀਂ ਠੀਕ ਹੈ ਅੱਲਾਕੇ ਸਾਡੇ ਅੰਦਰ ਜਿਹੜੀਆਂ ਕਮੀਆਂ ਖਤਾਈਆਂ ਅਸੀਂ ਉਹਨਾਂ ਨੂੰ ਕਦੀ ਅੱਜ ਤੱਕ ਨਹੀਂ ਵੇਖਿਆ ਮੇਰਾ ਖਿਆਲ ਨਹੀਂ ਅਸੀਂ ਵੇਖਿਆ ਸਭ ਤੋਂ ਪਹਿਲੀ ਗੱਲ ਅਸੀਂ ਚਲੋ ਗੰਦ ਨੂੰ ਕੁਝ ਬੰਦੇ ਆ ਆਵਾਮ ਤੇ ਬਹੁਤ ਬੋਤਾਂ ਲਾਂਦੇ ਆ ਆਵਾਮ ਨੂੰ ਕਹਿੰਦੇ ਆ ਸਾਡੀ ਆਵਾਮ ਨਹੀਂ ਠੀਕ ਇਹ ਹੁਕਮਰਾਨਾਂ ਦੇ ਡਿਪੈਂਡ ਨਹੀਂ ਕਰਦਾ ਉਹ ਸਰ ਆਵਾਮ ਉਸ ਟਾਈਮ ਹੀ ਠੀਕ ਹੋਏਗੀ ਜਦੋਂ ਹੁਕਮਰਾਨ ਠੀਕ ਹੋਣਗੇ حضرت ਉਮਰ ਅਬਦਲ ਅਜ਼ੀਜ਼ ਦਾ ਜਦੋਂ ਦੌਰ ਸੀ ਨਾ ਤੇ ਉਹਨਾਂ ਦੀ ਆਵਾਮ ਜਿਹੜੀ ਠੀਕ ਨਹੀਂ ਸੀ ਆਵਾਮ ਬੜੀ ਕਿੰਨੂ ਵਿਗੜੀ ਹੋਈ ਸੀ ਲੇਕਿਨ حضرت ਉਮਰ ਅਬਦਲ ਅਜ਼ੀਜ਼ ਸਾਹਿਬ ਨੇ ਉਹਨਾਂ ਨੇ ਕਿੰਨੂ ਫਿਰ ਆਵਾਮ ਵੀ ਠੀਕ ਕੀਤੀ ਤੇ ਫਿਰ ਨਿਜ਼ਾਮ ਵੀ ਠੀਕ ਕੀਤਾ ਤੇ ਇਸ ਤਰ੍ਹਾਂ ਸਾਨੂੰ ਉਮਰ ਅਬਦਲ ਅਜ਼ੀਜ਼ ਵਰਗਾ ਹੁਕਮਰਾਨ ਚਾਹੀਦਾ ਫਿਰ ਦੂਸਰੀ ਇਹ ਗੱਲ ਯਾਰ ਜਦੋਂ ਤੱਕ ਸਾਡੇ ਜਿਹੜੇ ਕਾਨੂੰਨ ਨਵਾਇंदे ਐ ਕਰਪਟ ਨਹੀਂ ਖਤਮ ਹੋਏਗੇ ਕਿਸੇ ਵੀ ਯਕੀਨ ਅਲੀ ਗੱਲ ਹੈ ਕਿ ਪਿਓ ਮਰ ਜਾਵੇ ਨਾ ਬੰਦੇ ਦਾ ਪਿਓ ਤੇ ਡੈਥ ਸਰਟੀਫਿਕੇਟ ਬਣਾਣਾ ਹੋਵੇ ਬੰਦੇ ਨੇ ਤੇ ਕਿੰਨੇ ਪਾਪੜ ਵੇਲਦਾ ਉਸ ਬੰਦੇ ਨੂੰ ਹੀ ਪਤਾ ਠੀਕ ਹੈ ਤੇ ਯਕੀਨ ਅਲੀ ਗੱਲ ਹੈ ਰਿਸ਼ਵਤ ਉਹ ਵਗੈਰ ਇਹ ਕੰਦਰੋਂ ਕੰਮ ਨਹੀਂ ਕਰਦੇ ਚਾਹੇ ਯੂਨੀਅਨ ਕੌਂਸਲ ਚੱਲ ਜਾ ਚਾਹੇ ਨਾਜ਼ਰਾਜ ਚੱਲ ਜਾ ਜਦੋਂ ਤੇ ਬੰਦੇ ਦਾ ਕੰਮ ਫਸਦਾ ਨਾ ਯਕੀਨ ਐਸੇ ਐਸੇ ਕੰਮ ਹੈ ਬਿਲਕੁਲ ਸਹੀ ਹੁੰਦੇ ਆ ਠੀਕ ਹੈ ਇਹਨਾਂ ਨੇ ਜਾਣ ਬੁੱਝ ਕੇ ਕੰਮ ਫਸਾ ਦੰਦੇ ਨੇ ਹੁੰਦੇ ਆ ਠੀਕ ਹੈ ਕੁਝ ਪਾਕਿਸਤਾਨ ਦੇ ਵਕੀਲ ਇਸ ਤਰ੍ਹਾਂ ਦੇ ਉਹਨੂੰ ਘਮਾਉਂਦੇ ਰਹਿੰਦੇ ਆ ਠੀਕ ਹੈ ਲੇਕਿਨ ਗੱਲ ਵਕੀਲਾਂ ਦੀ ਚਲੋ ਵਕੀਲ ਤੇ ਪ੍ਰਾਈਵੇਟ ਉਹਨਾਂ ਤੇ ਛੱਡ ਹੀ ਦੋ ਨਾ ਠੀਕ ਹੈ ਤੇ ਗੱਲ ਹੋਰੀ ਸਰਕਾਰੀ ادارے ਦੀ ਪਾਕਿਸਤਾਨ ਦਾ ਸਰਕਾਰੀ ਅਦਾਰਾ ਕਿਤੇ ਵੀ ਠੀਕ ਹੈ ਯਕੀਨ ਅਲੀ ਗੱਲ ਹੈ ਕਿ ਮੈਂ ਛੋਟਾ ਜਿਹਾ ਸੀ ਉੱਥੋਂ ਮੈਨੂੰ ਪੁਲਿਸ ਦਾ ਕਿੰਨ ਨੂੰ ਲਾਲਿਆ ਹਿਸਾਬ ਸੀ ਪੁਲਿਸ ਦੀ ਕਿੰਨੀ ਕੁਕਾਤ ਹੈ ਅਫੀਰ ਦੀ ਰਾਤ ਨੂੰ ਆ ਰਹੇ ਦੋ ਵੀਏ ਡਿਊਟੀ ਤੋਂ ਕਿਦਣਾ ਮੈਲੌਰ ਦੇ ਲੋਰ ਦੇ ਵਿੱਚ ਸੀ ਤੇ ਮੈਂ ਆਪਣੇ ਮੈਨੇਜਰ ਦੇ ਨਾਲ ਆ ਰਿਹਾ ਤੇ ਸਾਨੂੰ ਨਾ ਮੋਟਰਸਾਈਕਲ ਤੇ ਅਸੀਂ 바ਜੀ ਤੇ ਸੀ ਦੋ ਵੀਰ ਰਾਤ ਡੱਕਿਆ ਡੱਕ ਕੇ ਯਕੀਨ ਵਾਲੀ ਗੱਲ ਹੈ ਪੁਲਿਸ ਵਾਲਾ ਕਹਿੰਦਾ ਕਿ ਕਾਗਜ਼ ਦਿਖਾਓ ਕਾਗਜ਼ ਗੂਗਲ ਸੋਨੇ ਸਾਰੇ ਦੇਖੇ ਮੇਰਾ ਮੈਨੇਜਰ ਬਹੁਤ ਸਿੱਧਾ ਸੀ ਲੇਕਿਨ ਮੈਂ ਉਸ ਟਾਈਮ ਵੀ ਜਰਾ ਨਾ ਸ਼ਾਤਰ ਹੀ ਸੀ ਐ ਛੋਟੀ ਜਿਹੀ ਉਮਰ ਸੀ ਮੇਰੀ ਸਹੀ ਹੈ ਮਸਲਨ ਮੇਰੀ ਹੁਣੀ ਉਹ 18 ਸਾਲ ਹੁਣ ਹੈਗੀ ਹੈ 27 ਸਾਲ ਤੇ ਉਹ ਕਹਿੰਦਾ ਯਾਰ ਨਾ ਕੋਈ ਆ ਬੰਦੇ ਸਾਰੇ ਬੈਠੇ ਆ ਕੋ ਲੱਸੀ ਲੁਸੀ ਬੁਲਾ ਦੋ ਸਾਨੂੰ ਕੋਈ ਥੋੜੇ ਪੈਸੇ ਚਾਹੀਦੇ ਉਹ ਕਹਿੰਦਾ ਮੇਰੇ ਕੋਲ ਪੈਸੇ ਹੀ ਨਹੀਂ ਮੈਂ ਸਾਰਾ ਕੈਸ਼ ਆਊਟ ਕਰ ਆਇਆ ਹਾਂ ਠੀਕ ਹੈ ਮੈਂ ਤਾਂ ਆ ਆ ਦਿਹਾੜੀਦਾਰ ਆ ਉਹ ਕਹਿੰਦਾ ਜੀ ਚਲੋ ਇਸ ਤਰ੍ਹਾਂ ਕਰੋ 200 ਰੁਪਏ ਦੇ ਦੋ ਅਸੀਂ ਉਹ ਲੱਸੀ ਪੀ ਲਈਏ ਸਹੀ ਹੈ ਤੇ ਲੋ ਜੀ ਗੱਲ ਮੁੱਕਦੀ ਇੱਥੇ ਹੈ ਕਿ ਉਹਨੇ 50 ਰੁਪਏ ਲੈ ਕੇ ਉਹਨੇ ਜਾਨ ਛੱਡੀ ਮਸਲ ਸਾਰਾ ਕੁਝ ਹੋਣ ਦੇ ਬਾਵਜੂਦ 50 ਰੁਪਏ ਫੇਲ ਲਏ ਕਿੰਨੀ ਔਕਾਤ ਇਹਨਾਂ ਦੀ ਕੀ ਹੈ 50 ਰੁਪਏ ਠੀਕ ਹੈ ਤੇ ਸਰਕਾਰੀ ادارے ਜਿ ਕਿ ਯੂਨੀਅਨ ਕਾਉਂਸਲ ਦੇ ਵਿੱਚ ਚਲਜੋਣਾ ਸਹੀ ਹੈ ਤੁਸੀਂ ਉਹਨੇ ਤੁਹਾਡੇ ਢੇੜੇ ਲਵਾਈ ਜਾਣੇ ਲਵਾਈ ਜਾਣੇ ਲਵਾਈ ਜਾਣੇ ਤੁਹਾਨੂੰ ਕਮਾਈ ਜਾਣਾ ذلیل کری ਜਾਣਾ ہاں ਜਦੋਂ ਤੁਸੀਂ ਉਹਨੇ ਉਹਨੇ ਇਹ ਨਹੀਂ ਕਹਿਣਾ پیسے ਨਹੀਂ ਮੰਗਣੇ ਤੁਹਾਡੇ ਕੋ ਉਹਨੇ ਗਣਾ ਫੇਰ ਮੁੜ ਕੇ ਢੇੜੇ ਲਵਾਈ ਜਾਣਾ اور ڈاک ਆਈ ਹੁੰਦੀ ਹੈ ਬੈਠੇ ਉਹਦੇ ਕੋਲ ਫੈਲ ਹੁੰਦੀ ਹੈ ਸਾਰਾ ਕੁਝ ਹੁੰਦਾ ਲੇਕਿਨ ਉਹ ਥੋੜੀਆਂ ਕੋ ਫੈਲਾਂ ਅੱਗੇ ਰੱਖੀਆਂ ਹੁੰਦੀਆਂ ਉਹ ਲੱਭਦਾ ਉਹ ਲੱਭ ਕੇ ਕਹਿੰਦਾ ਜੀ ਨਹੀਂ ਜੀ ਹੈ ਹੀ ਨਹੀਂ ਇੱਥੇ ਤੁਹਾਡੀ ਆਈ ਨਹੀਂ ਹਲੇ ਡਾਖਾਨੇ ਜਾਂਦਾ ਡਾਖਾਨੇ ਵਾਲੇ ਕਹਿੰਦੇ ਚਲ ਗਈ ਉੱਥੇ ਯੂਨੀਅਨ ਕੌਂਸਲ ਚ ਪਹੁੰਚ ਗਈ ਆ ਯੂਨੀਅਨ ਕੌਂਸਲ ਵਾਲਾ ਫੇਰ ਤੁਹਾਨੂੰ ਐਂ ਕਰਦਾ ਜਦੋਂ ਯੂਨੀਅਨ ਕੌਂਸਲ ਵਾਲੀ ਮੁੱਠੀ ਦੇ ਵਿੱਚ ਤੁਸੀਂ 500 ਰੁਪਇਆ ਜਾਂ 1000 ਰੁਪਇਆ ਜਾਂ ਰੱਖਣਾ ਨਾ ਤੇ ਯਕੀਨ ਵਾਲੀ ਗੱਲ ਆ ਉਹੀ ਫਾਈਲ ਜਿਹੜੀ ਤੁਸੀਂ 2 ਮਹੀਨੇ ਹੋ ਗਏ ਜ਼ਰੀਲ ਹੁੰਦੇ ਨਾ ਉਹ ਤੁਹਾਨੂੰ ਫਾਈਲ ਤੁਹਾਨੂੰ ਅਗਲੇ ਦਿਨ ਮਿਲ ਜੇ ਉਹਨੇ ਕਹੇਗੇ ਮੈਂ ਅਗਲੇ ਦਿਨ ਨਾਲ ਲੱਭ ਕੇ ਰੱਖਾਂਗਾ ਠੀਕ ਹੈ ਮੈਂ ਲੱਭਦਾ ਬਥੇਰਾ ਸੀ ਲੇਕਿਨ ਲੱਭੀ ਨਹੀਂ ਆ ਸਹੀ ਹੈ ਤੇ ਇਹਦਾ ਹਿਸਾਬ ਹੈ ਪਹਿਲੇ ਸਾਡੇ ਉਧਾਰੇ ਠੀਕ ਹੋਣੇ ਚਾਹੀਦੇ ਉਸਤਾਦ ਜੀ ਜਿੰਨੀ ਤੱਕ ਸਾਡੇ ਉਧਾਰੇ ਨੀ ਨਾ ਠੀਕ ਹੋਏ ਕੁਛ ਵੀ ਠੀਕ ਹੋਏਗਾ ਸਹੀ ਹੈ ਜਿਹੜਾ ਬੰਦਾ ਚੋਰੀ ਕਰਦਾ ਯਾਰ ਅਸੀਂ ਸਲਾਮ ਦੇ ਨਾਮ ਤੇ ਇਹ ਮੁਲਕ ਤੇ ਬਣਾ ਲਿਆ ਸਲਾਮੀ ਕੰਮ ਕਿਹੜਾ ਹੋ ਰਿਹਾ ਨਮਾਜ਼ ਪੜਨੀ ਤਾਂ ਸਾਨੂੰ ਅਮਰੀਕਾ ਚ ਵੀ ਨਹੀਂ ਕੋਈ ਰੋਕਦਾ ਠੀਕ ਹੈ ਅਮਰੀਕਾ ਦੇ ਵਿੱਚ ਕਿੰਨ ਨੂੰ ਨਿਊਯਾਰਕ ਦੇ ਵਿੱਚ ਰੋੜਾਂ ਦੇ ਉੱਤੇ ਜਮਾਤਾਂ ਹੋ ਰਹੀਆਂ ਠੀਕ ਹੈ ਜੇ ਨਮਾਜ਼ ਹੀ ਪੜਨੀ ਹੈ ਨਮਾਜ਼ ਤੇ ਪੜਨ ਤੋਂ ਕਿਸੇ ਵੀ ਦੁਨੀਆ ਦੇ ਮੁਲਕ ਤੇ ਚਲ ਜਾਓ ਇਸਰਾਇਲ ਦੇ ਵਿੱਚ ਯਕੀਨ ਵਾਲੀ ਗੱਲ ਤੇ ਬਲੀਖੀ ਜਮਾਤ ਵਾਲੇ ਬੜੇ ਆ ਸਹੀ ਉੱਥੇ ਜਮਾਤਾਂ ਹੋ ਰਹੀਆਂ ਇਹ ਗੱਲ ਇਹ ਕਹਿਣ ਦਾ ਮਤਲਬ ਇਹ ਹੈ ਮੈਂ ਉਹਨਾਂ ਦੀ ਕੋਈ ਸਪੋਰਟ ਨਹੀਂ ਕਰ ਲੇਕਿਨ ਤੁਸੀਂ ਗੱਲ ਨੂੰ ਸਮਝੋ ਨਿਜ਼ਾਮ ਨੂੰ ਬਦਲਣਾ ਠੀਕ ਹੈ ਸਲਾਮੀ ਨਿਜ਼ਾਮ ਲਿਆਣਾ ਠੀਕ ਹੈ ਤੇ ਸਲਾਮੀ ਨਿਜ਼ਾਮ ਕਿ ਸਨਾਣਾ ਜਦੋਂ ਸਲਾਮੀ ਸਜ਼ਾਵਾਂ ਹੋਣਗੀਆਂ ਜਦੋਂ ਚੋਰ ਦੇ ਹੱਥ ਕੱਟੇ ਜਾਣੇ ਸਹੀ ਹੈ ਕਾਤਲ ਦੀ ਗਰਦਨ ਕੱਟੀ ਜਾਣੀ ਹੈ ਠੀਕ ਹੈ ਜ਼ਨਾਈ ਨੂੰ ਕੋੜੇ ਤੇ ਫਿਰ ਹੋਰ ਵੀ ਉਹਦਾ ਛਤਰਪੋਲਾ ਠੀਕ ਹੈ ਫਿਰ ਅੱਪੇ ਦੇਖੀ ਕਿ ਕਿਦ ਨੂੰ ਹੈ ਜਦੋਂ ਇਹ ਸਰਿਆਮ ਲਟਕਾਏ ਨਾ ਤਾਂ ਸਰਿਆਮ ਸਜ਼ਾਵਾਂ ਦਿੱਤੀਆਂ ਤੇ ਬੰਦਿਆਂ ਦੀਆਂ ਕਿੰਨੋਂ ਬੰਦੇ ਨੇ ਕੋਈ ਵੀ ਕੰਮ ਕਰਨ ਤੋਂ ਪਹਿਲੇ ਨਾ ਇੱਕ ਦਫਾ ਸੋਚਣਾ ਬਾਕੀ ਫਿਰ ਇਦਾਂ ਹੀ ਨਿਜ਼ਾਮ ਚੱਲਦਾ ਰਹਿਣਾ ਤੇ ਇਸ ਕਰਕੇ ਨਿਜ਼ਾਮ ਨੂੰ ਬਦਲਣ ਲਈਏ ਤੁਹਾਨੂੰ ਉਹ ਸਾਨੂੰ ਹੀ ਪੀ ਕਟਨੀ ਪੈਣੀ ਹੈ ਠੀਕ ਹੈ ਜਿੰਨੇ ਵੀ ਹੁਕਮਰਾਨ ਆਏ ਇਹੀ ਰੋਣਾ ਪਿੱਟਦੇ ਰਹਿੰਦੇ ਆ ਸਹੀ ਹੈ ਡਾਲਰ ਤੇ ਫਲਾਨਾ ਤੇ ਇਹ ਠੀਕ ਹੈ ਉਹ ਵੀ ਬਹੁਤ ਬੈਸਟ ਹੈ ਠੀਕ ਹੈ ਲੇਕਿਨ ਸਲਾਮ ਦਾ ਕਾਰਡ ਇਸਤੇਮਾਲ ਕਰਦੇ ਸਲਾਮ ਦਾ ਨਾਮ ਕੋਈ ਵੀ ਕਿੰਨੋਂ ਉਹ ਨਹੀਂ ਕਰ ਰਿਹਾ ਸਲਾਮੀ ਕੰਮ ਕੋਈ ਨਹੀਂ ਕਰਦਾ ਆ ਜਮਾਦਤ ਸਲਾਮੀ ਨੇ ਕੋ 18 ਸਾਲ ਹੋ ਗਏ ਆ ਲੱਗੇ ਰਹੇ ਵਿਚਾਰੇ ਇੰ ਇ ਕਰਦੇ ਠੀਕ ਹੈ ਤੇ ਲੇਕਿਨ ਉਹਨਾਂ ਸੂਤ ਦਾ ਬਿੱਲ ਪਾਸ ਕਰਵਾ ਲਿਆ ਪਾਕਿਸਤਾਨ ਦੇ ਵਿੱਚ ਤੁਹਾਨੂੰ ਇਸ ਮubarrak ਹੋਵੇ ਠੀਕ ਹੈ ਤੇ ਲੇਕਿਨ ਉਹ ਵੀ 5 ਸਾਲ ਲੈ ਲੇ ਹਕੂਮਤ ਨੇ ਕਿ 5 ਸਾਲ ਦੇ ਅੰਦਰ ਨਾ ਸੂਤੀ ਨਿਜ਼ਾਮ ਖਤਮ ਹੋ ਜਾਏਗਾ ਲੇਕਿਨ ਪਾਸ ਹੋ ਗਿਆ ਕਾਨੂੰਨ 5 ਸਾਲ ਤੋਂ ਪਹਿਲੇ ਪਹਿਲੇ ਕੋਈ ਹੋਰ ਆ ਜਾਣਾ ਕਰਪਟ ਬੰਦੇ ਬਥੇਰੇ ਇਹਨਾਂ ਨੇ ਪੈਸੇ ਪੂਸੇ ਲੈ ਕੇ ਦੇ ਕੰਮ ਇਦਾਂ ਹੀ ਫਿਰ ਚੱਲਦਾ ਰਹਿਣਾ ਠੀਕ ਹੈ ਪਾਕਿਸਤਾਨ ਮੁਸਲਮਾਨ ਯਕੀਨ ਅਲੀ ਗੱਲ ਹੈ ਸੂਦੀ ਸ਼ਰਾ ਇਸਰਾਇਲ ਦੇ ਵਿੱਚ ਤੁਸੀਂ ਗੂਗਲ ਤੇ ਚੈੱਕ ਕਰ ਲਓ ਜਿੱਦਾਂ ਮਰਜ਼ੀ ਜਾਓ ਜ਼ੀਰੋ ਹੈ ਤੇ ਸਾਨੂੰ ਸ਼ਰਮ ਆਉਂਦੀ ਯਕੀਨ ਅਲੀ ਗੱਲ ਐ ਅਸੀਂ ਮੁਸਲਮਾਨ ਕੰਟਰੀ ਐ ਸਾਡੀ ਸੂਦੀ ਸ਼ਰਾ ਦੇਖੋ ਆਪੇ ਚੈੱਕ ਕਰੋ ਤਾਂ ਕਿੰਨੇ ਪਰਸੈਂਟ ਹੈ ਅਸੀਂ ਨੰਬਰ 1 ਜਿਹੜੇ 10 ਸੂਦ ਦੀ ਸ਼ਰਾ ਦੇ ਵਿੱਚ ਮੁਲਕ ਆਂਦੇ ਨਾ ਉਹਨਾਂ ਦੇ ਵਿੱਚ ਸਾਡਾ ਨਾਮ ਹੈ ਤੇ ਅਫਸੋਸ ਨਹੀਂ ਆ ਤੁਹਾਨੂੰ ਆਪਣੇ ਆਪ ਤੇ ਯਾਰ ਸਹੀ ਹੈ ਤੇਜ਼ ਕਰਕੇ ਆਪਣੇ ਆਪ ਨੂੰ ਬਦਲੋ ਸਹੀ ਹੈ ਐ ਜਿੰਨੀ ਦੀ ਕਰੇ ਆਧਾਰੇ ਨਹੀਂ ਨਾ ਠੀਕ ਹੋਏ ਉਹਨਾਂ ਦੀ ਕੁਝ ਵੀ ਨਹੀਂ ਠੀਕ ਹੋਣਾ ਸਹੀ ਹੈ ਤੇ ਬੰਦਾ ਆਵੇ ਸਖਤ ਇਮਾਨਦਾਰ ਬੰਦਾ ਠੀਕ ਹੈ ਤੇ ਆ ਲੋਟੇ ਲੂਟੇ ਨਾ ਇਹਨਾਂ ਨੂੰ ਲਵੇ ਫਿਰ ਮੁੜ ਕੇ ਗਲੀਆਂ ਦੇ ਵਿੱਚੋਂ ਇੰਤਖਾਬ ਕਰੇ ਬੰਦਿਆਂ ਨੂੰ ਗਲੀਆਂ ਦੇ ਵਿੱਚੋਂ ਚੁਣੇ ਬੰਦੇ ਕਿਹੜਾ ਬੰਦਾ ਇਮਾਨਦਾਰ ਲੱਭ ਲੱਭ ਕੇ ਬੰਦੇ ਤੋਂ ਠੀਕ ਹੈ ਹਰ ਪਿੰਡ ਦੇ ਵਿੱਚ ਕੋਈ ਨਾ ਕੋਈ ਬੰਦਾ ਐਸਾ ਇਮਾਨਦਾਰ ਹੁੰਦਾ ਤੇ ਉਹਦੇ ਮੱਲੇ ਵਾਲੇ ਖੁਦ ਉਹਦੇ ਦੁਸ਼ਮਣ ਉਹਨੂੰ ਕਹਿੰਦੇ ਹੁੰਦੇ ਕਿ ਇਹਦਾ ਬੰਦਾ ਇਹ ਵਾਕਈ ਇਮਾਨਦਾਰ ਹੈ ਇਮਾਨਦਾਰ ਬੰਦੇ ਨੂੰ ਉਹਦੇ ਦੁਸ਼ਮਣ ਵੀ ਕਹਿੰਦੇ ਹੁੰਦੇ ਆ ਇਮਾਨਦਾਰ ਹੈ ਇਮਲੀ ਗੱਲੇ ਯਾਦ ਰੱਖਿਓ ਤੇ ਬਾਕੀ ਇਮਾਨਦਾਰ ਬੰਦਾ ਹੀ ਜਲਾ ਸਕਦਾ ਬਾਕੀ ਨੌਲੇਜ ਘਟਾ ਹੈ ਇਲਮ ਘਟਾ ਹੈ ਉਹ ਚਲ ਜਾਏਗਾ ਫਿਰ ਵੀ ਇਮਾਨਦਾਰ ਜ਼ਰੂਰੀ ਹੈ ਬਸ ਇਮਾਨਦਾਰ ਹੀ ਇਮਾਨਦਾਰ ਤੇ ਨਾ ਡਰ ਸਿਰਫ ਅੱਲਾ ਦਾ ਡਰ ਹੋਵੇ ਉਹਦੇ ਅੰਦਰ ਤੇ ਉਹੀ ਕਾਮਯਾਬ ਹੋਏਗਾ ਠੀਕ ਹੈ ਅਸਲਾਮੁਅਲੈਕਮ